ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਸ਼ਖਸ ਨੇ ਰਚਿਆ ਆਪਣੀ ਹੀ ਮੌਤ ਦਾ ਡਰਾਮਾ। 4 ਕਰੋੜ ਦੀ ਐਕਸੀਡੈਂਟਲ ਇੰਸ਼ੋਰੈਂਸ ਪਾਉਣ ਦੇ ਵਾਸਤੇ ਮਾਰ ਮੁਕਾਇਆ ਇੱਕ ਬੇਕਸੂਰ ਸ਼ਖਸ ਨੇ। ਚਿਹਰਾ ਨਾ ਪਛਾਣ ਵਿੱਚ ਆਵੇ ਇਸ ਲਈ ਟਰੱਕ ਥੱਲੇ ਦਰੜ ਦਿੱਤਾ ਮ੍ਰਿਤਕ ਦਾ ਮੂੰਹ। ਪੁਲਿਸ ਨੇ ਸੁਲਝਾਈ ਅੱਜ ਇਸ ਅੰਨੇ ਕਤਲ ਦੀ ਗੁੱਥੀ। ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਇੱਕ ਅਜੋਹੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਜਿਸ ਨੂੰ ਸੁਣ ਕੇ ਕਿਸੇ ਦੀ ਵੀ ਰੂਹ ਕੰਬ ਉੱਠੇਗੀ। ਜੀ ਹਾਂ, ਇੱਕ ਸਿਰਫ ਤੇ ਸਿਰਫ 4 ਕਰੋੜ ਦੀ ਐਕਸੀਡੈਂਟਲ ਇੰਸ਼ੋਰੈਂਸ ਪਾਉਣ ਦੇ ਲਈ ਜਿਹੜੇ ਮੁਲਜ਼ਮ ਇਸ ਵਕਤ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ, ਉਹਨਾਂ ਨੇ ਆਪਣੀ ਹੀ ਮੌਤ ਦਾ ਜਿਹੜਾ ਪਲੈਨ ਸੀ ਫਿਲਮੀ ਅੰਦਾਜ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਣਾਇਆ ਅਤੇ ਇੱਕ ਬੇਕਸੂਰ ਸ਼ਖਸ ਜਿਸਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ, ਉਸਨੂੰ ਸ਼ਰਾਬ ਦੇ ਵਿੱਚ ਦਵਾਈ ਮਿਲਾ ਕੇ ਜਿੱਥੇ ਮੌਤ ਦੇ ਘਾਟ ਉਤਾਰ ਦਿੱਤਾ। ਇੰਨਾ ਹੀ ਨਹੀਂ, ਉਸਦਾ ਜਿਹੜਾ ਫੇਸ ਹੈ ਤਾਂ ਕਿ ਉਹ ਸਹੀ ਤਰੀਕੇ ਦੇ ਨਾਲ ਪੁਲਿਸ ਨਾ ਪਹਿਚਾਣ ਸਕੇ, ਇਸ ਕਰਕੇ ਉਸਨੂੰ ਟਰੱਕ ਦੇ ਥੱਲੇ ਦਰੜਿਆ ਗਿਆ ਅਤੇ ਸਪੈਸ਼ਲੀ ਜਿਹੜਾ ਉਸਦਾ ਮੂੰਹ ਸੀ ਉਸਨੂੰ ਕਿੰਨੀ ਬੇਰਹਿਮੀ ਦੇ ਨਾਲ ਮੁਲਜ਼ਮਾਂ ਦੇ ਵੱਲੋਂ ਕੁਚਲਿਆ ਗਿਆ। ਇਹ ਸਾਰੇ ਦਾ ਸਾਰਾ ਖੁਲਾਸਾ ਮੁਲਜ਼ਮਾਂ ਦੇ ਵੱਲੋਂ ਪੁਲਿਸ ਦੇ ਸਾਹਮਣੇ ਕੀਤਾ ਗਿਆ ਹੈ ਕਿ ਉਹਨਾਂ ਨੇ ਸਿਰਫ ਤੇ ਸਿਰਫ 4 ਕਰੋੜ ਦੀ ਜਿਹੜੀ ਐਕਸੀਡੈਂਟਲ ਇੰਸ਼ੋਰੈਂਸ ਹੈ ਉਸਨੂੰ ਪਾਉਣ ਦੇ ਲਈ ਮੌਤ ਦਾ ਅਜਿਹਾ ਡਰਾਮਾ ਰਚਿਆ ਜਿਸਦਾ ਖਮਿਆਜ਼ਾ ਜਿੱਥੇ ਗੁਰਪ੍ਰੀਤ ਸਿੰਘ ਇੱਕ ਬੇਕਸੂਰ ਵਿਅਕਤੀ ਨੂੰ ਭੁਗਤਣਾ ਪਿਆ, ਉੱਥੇ ਹੀ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸਦਾ ਘਾਟਾ ਕਦੇ ਵੀ ਨਹੀਂ ਪੂਰਾ ਹੋਵੇਗਾ। ਮੇਰਾ ਨਾਮ ਦੀਪ ਕੌਰ ਹੈ, ਮੇਰੇ ਹਸਬੈਂਡ ਦਾ ਨਾਮ ਸੁਰਜੀਤ ਸਿੰਘ ਆ। ਇਹਨਾਂ ਲੋਕਾਂ ਨੇ ਉਹਨੂੰ ਗੁੰਮਰਾਹ ਕਰਕੇ, ਕਿਡਨੈਪ ਕਰਕੇ ਉਹਨਾਂ ਦੀ ਹੱਤਿਆ ਕੀਤੀ ਆ। ਆਪਣੇ ਆਪ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਮੇਰੀ ਡੈਥ ਹੋ ਗਈ। ਗੁਰਪ੍ਰੀਤ ਸਿੰਘ ਕਹਿੰਦਾ ਇਹਨਾਂ ਨੇ ਕਲੇਮ ਲੈਣਾ ਸੀ 4.5 ਕਰੋੜ ਰੁਪਏ ਦਾ, ਅਤੇ ਮੇਰੇ ਹਸਬੈਂਡ ਨੂੰ ਮਾਰ ਕੇ ਉੱਥੇ ਉਹਨਾਂ ਦੀ ਬੋਡੀ ਦਾ ਸੰਸਕਾਰ ਕੀਤਾ ਫੁੱਲ ਚੁਗੇ ਆ, ਅਤੇ ਸਾਨੂੰ ਇਹਨਾਂ ਨੇ ਕੁਛ ਵੀ ਨਹੀਂ ਦਿੱਤਾ। ਮੈਂ ਚਾਹੁੰਦੀ ਹਾਂ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿਵਾਓ, ਫਾਂਸੀ ਦੀ ਸਜ਼ਾ ਇਹਨਾਂ ਨੂੰ ਮਿਲਣੀ ਹੀ ਚਾਹੀਦੀ ਹੈ, ਅਤੇ ਕਦੇ ਜੇਲ੍ਹ 'ਚੋਂ ਬਾਹਰ ਨਹੀਂ ਆਉਣੇ ਚਾਹੀਦੇ, ਜੇ ਆ ਕੇ ਕਿਸੇ ਹੋਰ ਦਾ ਘਰ ਬਰਬਾਦ ਕਰ ਦੇਣਗੇ। ਬਸ ਜਿਸ ਤਰ੍ਹਾਂ ਪੁਲਿਸ ਨੇ ਟਰੇਸ ਕੀਤਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਵੇਂ ਪੁਲਿਸ ਵਾਲਿਆਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਹੱਥ ਜੋੜ ਕੇ, ਜਿਨ੍ਹਾਂ ਨੇ ਮੇਰੀ ਇੱਕ ਛੋਟੀ ਜਿਹੀ ਐਪਲੀਕੇਸ਼ਨ ਦਿੱਤੀ ਹੋਈ ਅਤੇ ਐਡੀ ਵੱਡੀ ਕਾਰਵਾਈ ਕਰਕੇ ਮੇਰੇ ਪਤੀ ਨੂੰ ਇਨਸਾਫ ਦਵਾਇਆ ਜੀ। ਤੁਹਾਡਾ ਕੀ ਨਾਮ ਹੈ? ਜੀਵਨਦੀਪ ਕੌਰ। ਸੁਖਜੀਤ ਸਿੰਘ। ਤੁਹਾਨੂੰ ਕਿਵੇਂ ਸ਼ੱਕ ਹੋਇਆ ਸੀ? ਕਿਉਂਕਿ ਉਹ ਇਹਨਾਂ ਦੇ ਨਾਲ ਰਹਿੰਦੇ ਸੀ, ਇਹਨਾਂ ਦੇ ਫੋਨ ਉਹਨਾਂ ਨੂੰ ਜਾਂਦੇ ਸੀ ਅਤੇ ਉਹ ਇਹਨਾਂ ਨੂੰ ਕਰਦੇ ਸੀ। ਜਿਸ ਦਿਨ ਇਹ ਘਰੋਂ ਗਏ ਆ, ਗੁਰਪ੍ਰੀਤ ਸਿੰਘ ਨੇ ਹੀ ਇਹਨਾਂ ਨੂੰ ਫੋਨ ਕਰਕੇ ਬੁਲਾਇਆ। ਫਿਰ ਮੈਂ ਰਾਤ ਨੂੰ 10:30 ਵਜੇ ਜਦ ਫੋਨ ਕੀਤਾ, ਮੇਰੇ ਹਸਬੈਂਡ ਨੇ ਫੋਨ ਚੱਕਿਆ ਨਹੀਂ। ਜਦ ਮੈਂ ਗੁਰਪ੍ਰੀਤ ਨੂੰ ਕੀਤਾ, ਉਹਨਾਂ ਨੇ ਵੀ ਨਹੀਂ ਚੱਕਿਆ। ਦੂਜੇ ਦਿਨ ਮੈਂ ਉਹਨਾਂ ਦੀ ਸਿਸਟਰ ਨੂੰ ਗੁਰਪ੍ਰੀਤ ਦੇ ਘਰ ਭੇਜਿਆ, ਜਾਂ ਸਾਨੂੰ ਪਤਾ ਲੱਗਿਆ ਵੀ ਰੋਡ ਐਕਸੀਡੈਂਟ 'ਚ ਉਹਨਾਂ ਦੀ ਮੌਤ ਹੋ ਗਈ, ਪਰ ਉਹਨਾਂ ਨੇ ਇਹਨਾਂ ਨੂੰ ਪਛਾਣਨ ਤੋਂ ਬਿਲਕੁਲ ਇਨਕਾਰ ਕਰਤਾ। ਫਿਰ ਹੌਲੀ ਹੌਲੀ ਸਾਡਾ ਸ਼ੱਕ ਵੱਧਦਾ ਚੱਲਿਆ ਗਿਆ। ਫਿਰ ਅਸੀਂ SSP ਮੈਡਮ ਕੋਲ ਆਪਣੀ ਦਰਖਾਸਤ ਲੈ ਕੇ ਆਏ ਸੀ, ਉਹਨਾਂ ਨੇ ਸਾਡੀ ਪੂਰੀ ਸੁਣਵਾਈ ਕੀਤੀ। ਮੈਂ ਸਿਸਟਰ ਸੁਖਜੀਤ ਸਿੰਘ ਦੀ, ਪਿੰਡ ਸੈਨੀਪੁਰ। ਇਹਨਾਂ ਨੇ ਸਾਡਾ ਘਰ ਉਜਾੜ ਕੇ ਰੱਖ ਦਿੱਤਾ, ਭੁਲੇਖੇ 'ਚ ਪਾ ਕੇ ਮੇਰੇ ਭਰਾ ਨੂੰ ਘਰੋਂ ਲੈ ਕੇ ਕਹਿੰਦੇ ਫੋਨ ਕਰਕੇ ਬੁਲਾਇਆ ਹੈ, ਅਤੇ ਅੱਗੇ ਜਾ ਕੇ ਸ਼ਰਾਬ ਦੇ ਵਿੱਚ ਇਹਨਾਂ ਨੇ ਨੀਂਦ ਦੀਆਂ ਗੋਲੀਆਂ ਪਾਈਆਂ ਨੇ ਮੇਰੇ ਭਰਾ ਨੂੰ, ਅਤੇ ਉਹਦੇ ਗੱਡੀ ਦੇ ਵਿੱਚ ਉਹਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਕਰਕੇ ਇਹਨਾਂ ਨੇ ਉਹਦੇ ਕੱਪੜੇ ਚੇਂਜ ਕੀਤੇ ਨੇ, ਉਹਦੇ ਕੜੇ ਪਾਏ ਨੇ, ਉਹਦੀ ਚੱਪਲਾਂ ਲਾ ਕੇ ਉਹਦੇ ਬੂਟ ਪਾਏ ਨੇ, ਅਤੇ ਅੱਗੇ ਲਿਜਾ ਕੇ ਇਹਨਾਂ ਨੇ 1:15 ਵਜੇ ਟਰੱਕ ਦੇ ਪਿਛਲੇ ਟਾਇਰਾਂ ਦੇ ਥੱਲੇ ਸਿਰ ਮੇਰੇ ਭਰਾ ਨੂੰ ਬੇਹੋਸ਼ ਕਰਕੇ ਸੜਕ 'ਤੇ ਪਾ ਕੇ ਉਹਦੇ ਉੱਤੇ ਨੂੰ ਟਰੱਕ ਲੰਘਾ ਕੇ ਉਹਦੀ ਮੌਤ ਜਿਉਂਦੇ ਦੇ ਉੱਤੇ ਨੂੰ ਟਰੱਕ ਲੰਘਾ ਕੇ ਇਹਨਾਂ ਨੇ ਉਹਦੇ ਖਤਮ ਕੀਤਾ ਹੈ। 34 ਸਾਲ ਦੀ ਉਮਰ ਹੈ ਮੇਰੇ ਭਰਾ ਦੀ, ਇੱਕ ਭਰਾ ਹੈ ਮੇਰਾ, ਉਹਨਾਂ ਦੇ ਕੋਈ ਬੱਚਾ ਨਹੀਂ। ਸਾਡਾ ਘਰ ਉਜਾੜਤਾ ਇਹਨਾਂ ਨੇ, ਸਾਡਾ ਕੁਛ ਵੀ ਨਹੀਂ ਛੱਡਿਆ। ਕਿਰਪਾਨ ਪਾਈ ਹੋਈ ਹੈ ਜਿਹਨੂੰ ਸੰਘਾ ਕਹਿੰਦੇ ਨੇ, ਇਹਦੇ ਕਿਰਪਾਨ ਪਾਈ। ਝਾਂਪੁਰ ਇਹਦਾ ਪਿੰਡ ਹੈ, ਝਾਂਪੁਰ ਪਘੜਾਣੇ ਦੇ ਨਾਲ ਇਹਦਾ ਪਿੰਡ, ਇਹਦੇ ਕਿਰਪਾਨ ਪਾਈ ਹੋਈ ਹੈ। ਇਹਨੇ ਪਾਣੀ ਨੂੰ ਵੀ ਇਹਨੇ ਉਹ ਕੀਤਾ ਇਹਨੇ। ਦੂਜੇ ਪਾਸੇ ਉਕਤ ਬੇਕਸੂਰ ਵਿਅਕਤੀ ਗੁਰਪ੍ਰੀਤ ਸਿੰਘ ਜਿਸ ਨੂੰ ਟਰੱਕ ਥੱਲੇ ਦਰੜ ਕੇ ਮੁਲਜ਼ਮਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ, ਉਸਦਾ ਪਰਿਵਾਰ ਵੀ ਮੌਕੇ 'ਤੇ ਪਹੁੰਚਿਆ ਹੋਇਆ ਸੀ, ਅਤੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਿੱਥੇ ਰੋਹ ਜ਼ਾਹਰ ਕੀਤਾ ਗਿਆ ਉੱਥੇ ਹੀ ਸਖ਼ਤ ਤੋਂ ਸਖ਼ਤ ਸਜ਼ਾ ਦੀ ਜਿਹੜੀ ਮੰਗ ਹੈ ਉਹ ਪੁਲਿਸ ਵੱਲੋਂ ਕੀਤੀ ਗਈ ਹੈ ਮੁਲਜ਼ਮ ਦੇ ਖਿਲਾਫ਼। ਜੀ, ਅੱਜ ਤੁਹਾਨੂੰ ਸਾਰਿਆਂ ਨੂੰ ਜਿਸ ਪ੍ਰੈਸ ਕਾਨਫਰੰਸ ਲਈ ਅਸੀਂ ਸੱਦਾ ਦਿੱਤਾ ਹੈ, ਇਹਦੇ 'ਚ ਫਤਿਹਗੜ੍ਹ ਸਾਹਿਬ ਪੁਲਿਸ ਦੀ ਜੋ ਟੀਮ ਹੈ, ਇਹਨਾਂ ਨੇ ਇੱਕ ਬੜੇ ਹੀ ਸਨਸਨੀਖੇਜ਼ ਅਤੇ ਘਿਨੌਣੇ ਮਰਡਰ ਕੇਸ ਨੂੰ ਟਰੇਸ ਕੀਤਾ ਹੈ ਅਤੇ ਸਾਰੇ ਅਕਿਊਜ਼ ਨੂੰ ਫੜਿਆ ਹੈ। ਇਹ ਇੱਕ ਅਜਿਹਾ ਕੇਸ ਹੈ ਜੋ ਜਿਹਦੀਆਂ ਡਿਟੇਲਸ ਸਹੀ ਤਰੀਕੇ ਦੇ ਨਾਲ ਸਹੀ ਤੌਰ ਦੇ ਵਿੱਚ ਦਿਲ ਦਹਿਲਾ ਲੈਣ ਵਾਲੀਆਂ ਨੇ। ਸਭ ਤੋਂ ਪਹਿਲਾਂ
ਫਤਿਹਗੜ੍ਹ ਸਾਹਿਬ ਪੁਲਿਸ ਸਰਹੰਦ ਥਾਣੇ ਦੇ ਵਿੱਚ 19 ਤਰੀਕ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਸੁਖਜੀਤ ਸਿੰਘ ਨਾਮ ਦਾ ਬੰਦਾ ਜੋ ਸਾਨੀਪੁਰ ਦਾ ਰਹਿਣ ਵਾਲਾ ਸੀਗਾ ਉਹ ਮਿਸਿੰਗ ਹੋ ਗਿਆ। ਉਹਦੇ ਪਰਿਵਾਰ ਵੱਲੋਂ ਉਹਦੀ ਵਾਈਫ ਵੱਲੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ, ਇਹਦੀ ਅਸੀਂ ਮਿਸਿੰਗ ਦੀ ਰਿਪੋਰਟ ਪਾਈ ਸੀਗੀ ਅਤੇ ਇਹਦੀ ਜੋ ਅੱਗੇ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਗਈ ਸੀਗੀ। ਉਸ ਤੋਂ ਬਾਅਦ ਜਦੋਂ ਇਹਦੀ ਸਰਚ ਕੀਤੀ ਗਈ ਤਾਂ ਸਰਹੰਦ ਨਹਿਰ ਜਿਹੜਾ ਸਾਨੀਪੁਰ ਨਹਿਰ ਜਿਹੜੀ ਪਟਿਆਲਾ ਰੋਡ ਵੱਲ ਸੜਕ ਜਾਂਦੀ ਹੈ ਉੱਥੇ ਦਾ ਮੋਟਰਸਾਈਕਲ ਅਤੇ ਕੁਛ ਦੂਰ ਇਹਦੀਆਂ ਚੱਪਲਾਂ ਅਤੇ ਇਹਦਾ ਫੋਨ ਇਹਦਾ ਦੱਬਿਆ ਹੋਇਆ ਸੀਗਾ ਇੱਕ ਪੇੜ ਦੇ ਥੱਲੇ, ਉਸ ਚੀਜ਼ ਦੀ ਰਿਕਵਰੀ ਹੋਈ ਸੀਗੀ। ਪਰ ਇਸ ਚੀਜ਼ ਤੋਂ ਇਹ ਗੱਲ ਸ਼ੱਕੀ ਜਾਪਦੀ ਸੀਗੀ ਕਿਉਂਕਿ ਜੋ ਸੀਨ ਆਫ ਕ੍ਰਾਈਮ ਸੀਗਾ ਜਿੱਥੋਂ ਇਹ ਬੰਦਾ ਮਿਸਿੰਗ ਹੋਇਆ ਸੀਗਾ ਉਹ ਚੀਜ਼ ਨਾਲ ਉਹਦੇ ਘਰਦਿਆਂ ਨੂੰ ਅਤੇ ਪੁਲਿਸ ਨੂੰ ਵੀ ਸ਼ੱਕ ਹੋਣ ਲੱਗ ਗਿਆ ਕਿ ਸ਼ਾਇਦ ਇਸ ਮਾਮਲੇ ਦੇ ਵਿੱਚ ਕੁਛ ਹੋਰ ਗੱਲ ਹੈ। 24 ਤਰੀਕ ਨੂੰ ਇਹਦੀ 346 ਦਾ ਪਰਚਾ ਦਰਜ ਕਰ ਦਿੱਤਾ ਸੀਗਾ 92 ਨੰਬਰ FIR ਸਰਹੰਦ ਥਾਣੇ ਦੇ ਵਿੱਚ। ਇਹ ਤਾਂ ਕੀਤੀ ਗਈ ਸੀਗੀ ਕਿਉਂਕਿ ਉਹ ਬੰਦਾ ਜਿਹੜਾ ਹੈਗਾ ਕਿਤੇ ਮਿਲ ਨਹੀਂ ਰਿਹਾ ਸੀਗਾ ਅਤੇ ਮਿਸਿੰਗ ਲੱਗ ਰਿਹਾ ਸੀ ਅਤੇ ਉਹਦੀ ਫੈਮਿਲੀ ਨੂੰ ਪੂਰਾ ਸ਼ੱਕ ਸੀਗਾ ਵੀ ਇਹਦੇ ਵਿੱਚ ਕੋਈ ਗੜਬੜ ਹੈ। ਅਤੇ ਬੜੇ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਫਤਿਹਗੜ੍ਹ ਸਾਹਿਬ ਪੁਲਿਸ ਦੀ ਜੋ ਟੀਮ ਹੈ ਉਹਨਾਂ ਨੇ ਇਸ ਬੰਦੇ ਦੀ ਭਾਲ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਜਦੋਂ ਭਾਲ ਸ਼ੁਰੂ ਕੀਤੀ ਤਾਂ DSP PBI ਗੁਰਬੰਸ ਬੈਂਸ ਦੀ ਟੀਮ ਨੇ ਇਹ ਗੱਲ ਇਸਟੈਬਲਿਸ਼ ਕਰਤੀ ਸੀਗੀ ਕਿ ਮਰਨ ਤੋਂ 15-20 ਦਿਨ ਪਹਿਲਾਂ ਤੋਂ ਇਹ ਇੱਕ ਗੁਰਪ੍ਰੀਤ ਨਾਮ ਦੇ ਬੰਦੇ ਦੇ ਨਾਲ ਇਨ ਟੱਚ ਸੀਗਾ ਜੋ ਕਿ ਹੁਸੈਨਪੁਰ ਦਾ ਰਹਿਣ ਵਾਲਾ ਸੀਗਾ। ਇਹ ਜਿਹੜਾ ਗੁਰਪ੍ਰੀਤ ਨਾਮ ਦਾ ਬੰਦਾ ਸੀਗਾ ਇਹ ਇਸਨੂੰ ਸ਼ਰਾਬ ਲਾਉਂਦਾ ਹੁੰਦਾ ਸੀਗਾ, ਇਹਨੂੰ ਥੋੜ੍ਹੇ ਬਹੁਤ ਪੈਸੇ 200-300-500 ਦੇ ਕੇ ਸ਼ਰਾਬ ਲਈ ਬੁਲਾ ਲੈਂਦਾ ਹੁੰਦਾ ਸੀ। ਇਸ ਗੱਲ ਤੋਂ ਇਹਦੇ ਘਰ ਦੇ ਬਹੁਤ ਦੁਖੀ ਸੀਗੇ, ਇਹਦੀ ਵਾਈਫ ਬਹੁਤ ਦੁਖੀ ਸੀ ਇਸ ਗੱਲ 'ਤੇ, ਇਹਦੀ ਵਾਈਫ ਨੇ ਜਿਹੜਾ ਇਹ ਗੁੱਸਾ ਵੀ ਜ਼ਾਹਰ ਕੀਤਾ ਸੀਗਾ। ਜਦੋਂ ਸਾਨੂੰ ਇਸ ਗੱਲ ਦਾ ਪਤਾ ਚੱਲਿਆ ਅਤੇ ਅਸੀਂ ਗੁਰਪ੍ਰੀਤ ਸਿੰਘ ਬਾਰੇ ਹੋਰ ਇਨਵੈਸਟੀਗੇਟ ਕਰਨ ਲੱਗੇ ਤਾਂ ਇਹ ਪਤਾ ਚੱਲਿਆ ਕਿ ਗੁਰਪ੍ਰੀਤ ਸਿੰਘ ਮਰ ਚੁੱਕਾ ਹੈ। ਉਹਦੀ ਮੌਤ ਦਾ ਜੋ ਵੇਰਵਾ ਦਿੱਤਾ ਗਿਆ ਉਹਦੇ ਘਰਦਿਆਂ ਵੱਲੋਂ ਇਹ ਦਿੱਤਾ ਗਿਆ ਕਿ ਉਹ ਐਕਸੀਡੈਂਟ 'ਚ ਮਰ ਗਿਆ ਅਤੇ 304 ਦਾ ਜਿਹੜਾ ਪਰਚਾ ਵੀ ਹੈ ਉਹ ਬਸੰਤਪੁਰ ਚੌਂਕੀ 'ਚ ਦਰਜ ਹੈ। ਜਦੋਂ ਉੱਥੇ ਅਸੀਂ ਡੀਪਲੀ ਇਨਵੈਸਟੀਗੇਟ ਕਰਨ ਲੱਗੇ ਅਤੇ ਉੱਥੇ ਅਸੀਂ ਸਾਰਾ ਫੋਰੈਂਸਿਕ ਰਿਕਾਰਡ ਕਢਾਇਆ ਤਾਂ ਇਹ ਮਾਮਲਾ ਬਹੁਤ ਹੀ ਸ਼ੱਕੀ ਲੱਗਣ ਲੱਗਿਆ ਅਤੇ ਇਹ ਗੱਲ ਕਲੀਅਰ ਹੋ ਗਈ ਕਿ ਜਿਹੜਾ ਮਰਨ ਵਾਲਾ ਬੰਦਾ ਸੀਗਾ ਉਹ ਗੁਰਪ੍ਰੀਤ ਨਹੀਂ ਸੀ। ਅਤੇ ਜਦੋਂ ਉਹਦੀ ਫੋਟੋਜ਼ ਦੀ ਬੋਡੀ ਦੀ ਸ਼ਨਾਖਤ ਜਿਹੜੀ ਹੈ ਸੁਖਦੀਪ ਦੀ ਫੈਮਿਲੀ ਤੋਂ, ਜੀਵਨਜੋਤ ਕੌਰ ਉਹਦੀ ਵਾਈਫ ਉਹਦੀ ਸਿਸਟਰ ਅਤੇ ਮਦਰ ਤੋਂ ਕਰਾਈ ਗਈ ਤਾਂ ਉਹਨਾਂ ਨੇ ਕਲੀਅਰ ਤੌਰ 'ਤੇ ਪਛਾਣਿਆ ਕਿ ਇਹ ਜਿਹੜਾ ਹੈਗਾ ਇਹ ਸਾਡਾ ਬੇਟਾ ਹੈ। ਅਤੇ ਇਹਦੇ ਵਿੱਚ ਵੀ ਕਈ ਫੋਰੈਂਸਿਕ ਟੂਲਸ ਦੀ ਵਰਤੋਂ ਕੀਤੀ ਗਈ ਸੀਗੀ, ਇੱਕ ਬੜਾ ਕਲੀਅਰ ਐਵੀਡੈਂਸ ਕਿਉਂਕਿ ਬੋਡੀ ਇੰਨੀ ਬੁਰੀ ਤਰੀਕੇ ਨਾਲ ਇਹਨਾਂ ਨੇ ਮੈਂਗਲ ਕੀਤੀ, ਇੰਨੀ ਬੁਰੀ ਤਰੀਕੇ ਦੇ ਨਾਲ ਬੋਡੀ ਨੂੰ ਡਿਸਟਰੋਏ ਕੀਤਾ ਤਾਂ ਜੋ ਉਹਦੀ ਸ਼ਨਾਖਤ ਦੇ ਵਿੱਚ ਪੁਲਿਸ ਸ਼ਨਾਖਤ ਨਾ ਕਰ ਸਕੇ। ਇਹ ਇਹਨਾਂ ਦਾ ਇੱਕ ਸੋਚੀ ਸਮਝ ਸਾਜਿਸ਼ ਸੀ ਤਾਂ ਕਿ ਇਹ ਜਿਹੜਾ ਪੁਲਿਸ ਨੂੰ ਮਿਸਗਾਈਡ ਕਰ ਸਕਣ, ਉਹਦੀ ਸ਼ਕਲ ਬਿਲਕੁਲ ਮੈਂਗਲ ਕਰਤੀ। ਅਤੇ ਦੂਜੀ ਗੱਲ ਜਿਸ ਗੱਲ 'ਤੇ ਪੁਲਿਸ ਨੇ ਕਾਰਵਾਈ ਕਰਨੀ ਹੁੰਦੀ ਹੈ ਕਿ ਫੈਮਿਲੀ ਮੈਂਬਰਸ ਹੀ ਆ ਕੇ ਸ਼ਨਾਖਤ ਕਰਦੇ ਨੇ, ਇਸ ਕੇਸ 'ਚ ਉਹਦੀ ਫੈਮਿਲੀ ਹੀ ਉਹ ਕੌਂਸਪੀਰੇਟਰ ਹੈ, ਹਮ ਮਸ਼ਵਰਾ ਸੀ, ਉਹਨਾਂ ਨੇ ਆ ਕੇ ਉੱਥੇ ਕਹਿਤਾ, ਉਹਦੀ ਵਾਈਫ ਨੇ ਆ ਕੇ ਉੱਥੇ ਰਿਕਾਰਡ ਲਿਖਾਤਾ, ਬਿਆਨ ਵੀ ਲਿਖਾਤਾ ਕਿ ਜੀ ਇਹ ਮੇਰਾ ਹਸਬੈਂਡ ਹੈ। ਤਾਂ ਇਸ ਤਰੀਕੇ ਦੇ ਨਾਲ ਜੋ ਪੂਰੇ ਇਸ ਕੇਸ ਦਾ ਖੁਲਾਸਾ ਹੋਇਆ ਉਹ ਇਹ ਅਸਲ 'ਚ ਗੱਲ ਇਹ ਨਿਕਲੀ ਕਿ ਜਿਹੜਾ ਗੁਰਪ੍ਰੀਤ ਸਿੰਘ ਸੀ ਉਹਨੇ ਆਪਣੀ ਮੌਤ ਫੇਕ ਕੀਤੀ, ਉਹਨੇ ਆਪਣੀ ਮੌਤ ਦਾ ਇੱਕ ਡਰਾਮਾ ਰਚਿਆ ਅਤੇ ਇਸ ਡਰਾਮੇ ਦੇ ਵਿੱਚ ਇੱਕ ਨਿਰਦੋਸ਼ ਅਤੇ ਇਨੋਸੈਂਟ ਬੰਦੇ ਦਾ ਕੋਲਡ ਬਲੱਡਡ ਮਰਡਰ ਕੀਤਾ। ਇਸ ਮਰਡਰ ਦੇ ਵਿੱਚ ਜਿਹੜੇ ਹੋਰ ਬੰਦੇ ਇਨਵੋਲਵ ਸੀਗੇ ਉਹ ਸੀਗੇ ਇੱਕ ਇੰਸ਼ੋਰੈਂਸ ਏਜੰਟ ਰਾਕੇਸ਼ ਸ਼ਰਮਾ, ਜਿਨ੍ਹਾਂ ਨੇ ਇਹਨਾਂ ਨੂੰ ਇਹ ਆਈਡੀਆ ਦਿੱਤਾ ਸੀਗਾ ਕਿ ਤੁਸੀਂ ਐਕਸੀਡੈਂਟਲ ਇੰਸ਼ੋਰੈਂਸ ਕਰਾ ਲਓ। ਇਹਨਾਂ ਦੀਆਂ 3 ਅੱਡ ਇੰਸ਼ੋਰੈਂਸ ਪੋਲਿਸੀਜ਼ ਕੀਤੀਆਂ ਸੀਗੀਆਂ ਗੁਰਪ੍ਰੀਤ ਸਿੰਘ ਦੀ, ਇੱਕ 2 ਕਰੋੜ ਦੀ ਅਤੇ ਇੱਕ ਕਰੋੜ ਦੀ ਅਤੇ ਇੱਕ ਹੋਰ 1 ਕਰੋੜ ਦੀ, ਤਾਂ ਜੋ ਐਕਸੀਡੈਂਟਲ ਡੈਥ ਦਿਖਾ ਕੇ ਇਹ ਇੰਸ਼ੋਰੈਂਸ ਕਲੇਮ ਕਰ ਸਕਣ। ਇਹਦਾ ਜਿਹੜਾ ਪ੍ਰਾਈਮ ਮੂਵਰ ਹੈ ਇਸ ਕ੍ਰਾਈਮ ਦਾ, ਜੋ ਇਹਦਾ ਸਭ ਤੋਂ ਵੱਡਾ ਜਿਹਨੇ ਸਾਰੀ ਇਹ ਪੂਰੀ ਕੌਨਸਪਿਰੇਸੀ ਰਚੀ ਹੈ, ਉਹ ਸੁਖਵਿੰਦਰ ਸੰਘਾ ਹੈ ਜੋ ਕਿ ਭਗਦਾਣੇ ਪਿੰਡ ਦਾ ਰਹਿਣ ਵਾਲਾ ਹੈ। ਇਹਨੇ ਜਿਹੜੇ ਇਸ ਕੇਸ ਦੇ ਵਿੱਚ ਹੋਰ ਮਿਲਦੇ ਜੁਲਦੇ ਜਿਹੜੇ ਇਹਨਾਂ ਦੇ ਨਾਲ ਕੋ ਅਕਿਊਜ਼ ਸੀ, ਜਿਹ ਤੋਂ ਇਹਨਾਂ ਨੇ ਇੱਕ ਬੰਦੇ ਤੋਂ ਦਵਾਈ ਮੰਗਾਈ, ਜਿਹੜੀ ਦਵਾਈ ਸ਼ਰਾਬ ਦੇ ਵਿੱਚ ਪਿਲਾ ਕੇ ਮ੍ਰਿਤਕ ਨੂੰ ਪਿਲਾਈ ਤਾਂ ਜੋ ਉਹ ਬੇਹੋਸ਼ ਰਹੇ ਅਤੇ ਉਹਨੂੰ ਪਤਾ ਨਾ ਚੱਲੇ, ਉਹਨੂੰ ਬੇਹੋਸ਼ ਕਰਕੇ ਫਿਰ ਉਹਦੇ ਉੱਤੇ ਦੀ ਇਹਨਾਂ ਨੇ ਟਰੱਕ ਲੰਘਾਤਾ, 2 ਵਾਰੀ ਟਰੱਕ ਲੰਘਾਇਆ ਤਾਂ ਜੋ ਜਿਹੜੀ ਹੈ ਡੈੱਡ ਬੋਡੀ ਉਹ ਕੰਪਲੀਟਲੀ ਇਹ ਡਿਸਟਰੋਏ ਕਰ ਦੇਣ। ਉਸ ਤੋਂ ਬਾਅਦ ਇਹਨਾਂ ਦੀ ਸਾਜ਼ਿਸ਼ ਸੀ ਉਹ ਇਸ ਹੱਦ ਤੱਕ ਗਈ ਕਿ ਇਹਨਾਂ ਨੇ ਉਸੇ ਸ਼ਾਮ ਨੂੰ ਇਹਦਾ ਸੰਸਕਾਰ ਕਰ ਦਿੱਤਾ ਅਤੇ ਕੋਈ ਵੀ ਜਿਹੜਾ ਹੈ ਬੋਡੀ ਦਾ ਕੋਈ ਐਵੀਡੈਂਸ ਨਹੀਂ ਛੱਡਿਆ ਅਤੇ ਉਹ ਸਾਰਾ ਕੁਛ ਹੀ ਇਹਨਾਂ ਨੇ ਕਰਤਾ, ਖੁਰਦਬੁਰਦ ਕਰਤਾ। ਇਸੇ ਗੱਲ ਕਰਕੇ ਅਸੀਂ 201 ਵੀ ਲਾਇਆ ਸੈਕਸ਼ਨ ਦੇ ਵਿੱਚ। ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੇ ਨਾਲ ਚੜ੍ਹਦੀ ਕਲਾ ਟਾਈਮ TV ਬਿਊਰੋ ਰਿਪੋਰਟ।